ਨਾਲ ਜੋੜ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀ ਜਿਹਾ ਜਿਹੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਰਾਣਾ ਰਾਓ ਦਾ ਖੋਰ ਹੈ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧਿਆ ਤੀ ਸਤਿਗੁਰੂ ਜੀ ਦੇ ਚਰਨਾਂ ਦੇ ਪ੍ਰੀਤਵਾਨ ਅਤਿ ਸਤਿਕਾਰਯੋਗ ਮਾਤਾ ਦਲੀਪ ਕੌਰ ਜੀ ਸਪਤਨੀ ਸਰਦਾਰ ਜੋਰਾ ਸਿੰਘ ਜੀ ਜਿਹਦੀ ਸਵਾਸਾਂ ਗ੍ਰਾਸਾਂ ਦੀ ਪੂੰਜੀ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਉਸਨੂੰ ਭੋਗਦੇ ਹੋਏ ਕੁਝ ਦਿਨਾਂ ਤੋਂ ਅਕਾਲ ਚਲਾਣਾ ਕਰ ਗਏ, ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ ਨਿਮਿਤ ਰੂਹ ਦੀ ਕਲਿਆਣ ਆਤਮਕ ਸ਼ਾਂਤੀ ਹਿੱਤ ਉਹਨਾਂ ਦਾ ਪਰਿਵਾਰ ਸਰਦਾਰ ਜੋਰਾ ਸਿੰਘ ਜੀ, ਜਿਨ੍ਹਾਂ ਦੇ ਸਪੁੱਤਰ ਸਰਦਾਰ ਗੁਰਦੀਪ ਸਿੰਘ ਜੀ, ਸਰਦਾਰ ਜਗਜੀਤ ਸਿੰਘ ਜੀ, ਜਿਨ੍ਹਾਂ ਦੀਆਂ ਬੇਟੀਆਂ ਸਭ ਨੇ ਰਲ ਮਿਲ ਕੇ ਇਕੱਤਰ ਹੋ ਕੇ ਗ੍ਰਹਿ ਵਿਖੇਸਿਆ ਚ ਪਾਠ ਪਰਾ ਆਰੰਭ ਕਰਵਾਏ। ਅੰਮ੍ਰਿਤ ਵੇਲੇ ਭੋਗ ਪਾਏ ਗਏ। ਜੋ ਸਾਨੂੰ ਸਤਿਗੁਰੂ ਦੀ ਬਾਣੀ ਅੰਦਰ ਸਮਝਾ ਕੇ ਗਏ, ਦੱਸ ਕੇ ਗਏ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜਿਓ ਪੁਰਾਣ ਜੀਓ। ਸਤਿਗੁਰ ਕਹਿੰਦੇ ਨੇ ਕਿ ਉਸ ਜੀਵ ਨੂੰ ਸੱਚੀ ਸ਼ਰਧਾਂਜਲੀ ਹੈ ਬਾਣੀ, ਸਿਮਰਨ, ਨਾਮ। ਆਓ ਜਿੰਨੇ ਵੀ ਅਸੀਂ ਗੁਰੂ ਦਰਬਾਰ ਵਿੱਚ ਬੈਠੇ ਹਾਂ, ਗੱਲਾਂ ਤੋਂ ਸੰਕੋਚ ਕਰਦੇ ਹੋਏ ਮਨ ਦੀ ਬੇਨਤੀ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਜੋ ਸਾਨੂੰ ਬਾਣੀ ਸਮਝਾ ਰਹੀ ਹੈ, ਰੇਮਨ ਤੇਰੋ ਕੋਈ ਨਹੀਂ ਖਿੱਚ ਲਏ ਜਿਨ ਭਾਰ, ਬਿਰਖ ਬਸੇਰੋ ਪੰਖ ਕੋ ਤੈਸੋ ਇਹੋ ਸੰਸਾਰ। ਕਿਸੇ ਜਿਤਨੇ ਵੀ ਅਸੀਂ ਜੀਵ ਦੁਨੀਆਂ ਵਿੱਚ ਆਉਣੇ ਹਾਂ, ਉਹ ਸਭ ਲੈਣੇ ਦੇਣੇ ਸੰਬੰਧ ਪੂਰੇ ਹੁੰਦੇ ਨੇ। ਮਨੁੱਖ ਆਪਣੀ ਜ਼ਿੰਦਗੀ ਨੂੰ ਆਪਣੀ ਮੌਤ ਨੂੰ ਲਿਖਾ ਕੇ ਲੈ ਕੇ ਆਉਂਦਾ ਹੈ, ਕਿਉਂਕਿ ਸਤਿਗੁਰ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ। ਹੁਣ ਜਿਹੜੀ ਚੀਜ਼ ਦੀ ਲਿਖਤੀ ਨੂੰ ਹੋ ਗਈ ਹੈ, ਉਹਦੇ ਤੋਂ ਬੰਦਾ
ਮੁੱਕਰ ਨਹੀਂ ਸਕਦਾ। ਕਿਸੇ ਬੰਦੇ ਦੇ ਨਾਲ ਕਾਮਯਾਬੀ ਲੈਣ ਦੇਣ ਕਰਨਗੇ ਨਾ, ਲੈਣ ਵਾਲਾ ਚੀਜ਼ ਮੁੱਕਰ ਜਾਵੇ ਤੇ ਉਹ ਕਹਿੰਦਾ ਵੀ ਮੇਰੇ ਕੋਲ ਲਿਖਤ ਪਈ ਹੈ ਵੀ ਤੂੰ ਮੁੱਕਰ ਨਹੀਂ ਸਕਦਾ। ਚਾਰ ਬੰਦੇ ਇਕੱਠੇ ਵੀ ਕਰੇ ਜਾਂਦੇ ਨੇ ਤੇ ਸੱਚ ਜਾਣੇ ਉਹ ਦੁਨਿਆਵੀ ਲੈਣ ਦੇਣ ਵਿੱਚ ਤੇ ਸਮਾਂ ਲੰਘ ਸਕਦਾ ਹੈ, ਪਰ ਜਿਹੜੀ ਇਹ ਲਿਖਤ ਨੀਤੀ ਹੋਈ ਹੈ ਇਸ ਲਿਖਤ ਵਿੱਚ ਸਮਾਂ ਨਹੀਂ। ਅਜੇ ਉੱਤੇ ਵਾਰ ਵਾਰ ਬਾਣੀ ਅੰਦਰ ਸਤਿਗੁਰੂ ਜੀ ਕਹਿ ਰਹੇ ਨੇ ਹਮ ਆਦਮੀ ਹਾਂ ਇੱਕ ਦਮੀ ਮੌਲਤ ਮੌਤ ਨਾ ਜਾਣਾ, ਕਹਿੰਦੇ ਤੇ ਸਾਹ ਆ ਗਿਆ ਤੇ ਬੰਦਾ ਨੇ ਮਿੱਟੀ ਦੀ ਢੇਰੀ। ਪਰ ਧਿਆਨ ਦੇਣਾ ਗੁਰਮੁਖੋ, ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਉਹਨਾਂ ਨੂੰ ਧੰਤਾ ਦਾ ਖਿਤਾਬ ਦਿੱਤਾ ਜਿਹਨਾਂ ਨੇ ਆਪਣੀ ਜ਼ਿੰਦਗੀ ਨੂੰ ਗੁਰੂ ਜੀ ਨੂੰ ਅੱਗੇ ਸਮਰਪਿਤ ਕਰ ਦਿੱਤਾ। ਸਤਿਗੁਰੂ ਕਹਿੰਦੇ ਧੰਨ 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 ਦਿਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਉਹ ਮਾਵਾਂ ਨੂੰ ਧੰਨ ਕਿਹਾ ਗਿਆ, ਕਿਹੜੀਆਂ ਮਾਵਾਂ ਨੂੰ? ਜਿਹਨਾਂ ਮਾਵਾਂ ਨੇ ਆਪਣੇ ਆਪ ਨੂੰ ਗੁਰੂ ਨਾਲ ਜੋੜਿਆ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜੋੜਿਆ, ਇਹ ਉਹ ਮਾਤਾ। ਵਾਹਿਗੁਰੂ। ਮਾਤਾ ਦਲੀਪ ਕੌਰ, ਧਿਆਨ ਦੇਣਾ ਗੁਰਮੁਖੋ, ਲਫ਼ਜ਼ ਤੇ ਬੜੇ ਛੋਟੇ ਲੱਗਦੇ ਨੇ ਜਦੋਂ ਅਸੀਂ ਮਾਂ ਲਫ਼ਜ਼ ਬੋਲਦੇ ਹਾਂ। ਪਰ ਕਵੀ ਕਹਿੰਦਾ ਕਿ ਜਦੋਂ ਮਾਂ ਦੀ ਡੰਗਿਆਈ ਨਿਕਲ ਜਾਈਏ ਨਾ, ਮਾਂ ਦੀ ਡੰਗਿਆਈ ਨੂੰ ਮਾਪੀਏ ਤੇ ਧੰਨ। ਬਾਬਾ ਗੁਰੂ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਕਹਿੰਦੇ ਸੀ, ਬਾਬਾ ਜੀ ਕਹਿੰਦੇ ਬੰਦਾ 100 ਜਨਮ ਵੀ ਲੈ ਲਵੇ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਆਪੋ ਸਤਨਾਮ ਸ੍ਰੀ ਵਾਹਿਗੁਰੂ ਜੀ। ਪਰ ਹੈਰਾਨੀ ਤੇ ਉਦੋਂ ਹੁੰਦੀ ਹੈ ਗੁਰਮੁਖੋ, ਘਰ ਮਾਂ ਹੈ ਕਿਤਨੀ ਕੁ ਕਦਰ ਹੈ। ਮਾਂ ਉਹਨਾਂ ਚਿਰ ਨਹੀਂ ਬਣਦੀ ਭਾਵੇਂ, ਦੇਖੋ ਬੱਚੀ ਦਾ ਜਨਮ ਹੁੰਦਾ, ਵਿਆਹੀ ਜਾਂਦੀ ਉਦੋਂ ਵੀ ਮਾਂ ਨਹੀਂ, ਰਿਸ਼ਤੇ ਅਲੱਗ ਅਲੱਗ ਬਣਦੇ ਨੇ। ਜਿੰਨਾ ਚਿਰ ਬੱਚੇ ਨੂੰ ਜਨਮ, ਬੱਚੀ ਨੂੰ ਜਨਮ ਨਹੀਂ ਦਿੰਦੀ, ਉਹਨਾਂ ਚਿਰ ਉਹਨੂੰ ਮਾਂ ਦਾ ਖਿਤਾਬ ਨਹੀਂ ਮਿਲਦਾ। ਉਹ ਮਾਂ ਜਿਹੜੀ ਮਾਂ ਇਸ ਸਦਰਾਂ ਨੂੰ, ਇਸ ਸਮੇਂ ਨੂੰ ਇੱਕ ਇੱਕ ਪਲ ਵਿੱਚ ਉਡੀਕ ਕਰਦੀ। ਆਓ ਅੱਜ ਮਾਂ ਦੀ ਸਾਰ ਨੂੰ ਜਾਣੀਏ ਕਿ ਮਾਂ ਕੀ ਹੁੰਦੀ ਹੈ। ਸ਼ਾਇਦ ਅੱਜ ਕਲਯੁਗ ਦੇ ਅਜੋਕੇ ਸਮੇਂ ਦੇ ਵਿੱਚ ਅਸੀਂ ਇਸ ਰਿਸ਼ਤਿਆਂ ਨੂੰ ਭੁਲਾਉਂਦੇ ਜਾ ਰਹੇ ਹਾਂ। ਦੁਨੀਆਂ ਵਿੱਚ ਅਕਬਰ ਬਾਦਸ਼ਾਹ ਵਰਗੇ ਹੋਏ ਮਾਂ ਨੇ ਜਨਮ ਦਿੱਤਾ, ਬਾਬੇ ਫਰੀਦ ਵਰਗੇ ਹੋਏ ਮਾਂ ਨੇ ਜਨਮ ਦਿੱਤਾ। ਜੇ ਮਾਂ ਜੁੜੀ ਸੀ ਤੇ ਬੱਚੇ ਨੂੰ ਜੋੜਤਾ, ਰੱਬ ਦੀ ਬੰਦਗੀ ਕਰ। ਇਸ
ਐਸੀ ਬੰਦਗੀ ਤੇ ਲਾ ਦਿੱਤਾ, ਐਸਾ ਸਿਮਰਨ ਤੇ ਲਾ ਦਿੱਤਾ, ਅੱਜ ਜਿੱਥੇ ਬਾਬੇ ਫਰੀਦ ਦੀ ਬਾਣੀ ਨੂੰ ਪੜਿਆ ਜਾਂਦਾ ਤੇ ਨਾਲ ਉਸ ਮਾਂ ਨੂੰ ਵੀ ਯਾਦ ਕੀਤਾ ਜਾਂਦਾ। ਹੁਣ ਅਕਬਰ ਬਾਦਸ਼ਾਹ ਦੁਨੀਆ ਜਦੋਂ ਬੁਲਾਵੇ ਬਾਦਸ਼ਾਹ ਬਾਦਸ਼ਾਹ ਕਹਿ ਕੇ ਬੁਲਾਵੇ, ਅੱਜ ਪਿੰਡ ਦਾ ਪੰਚ ਸਰਪੰਚ ਕਿਸੇ ਵੀ ਅਹੁਦੇ ਤੇ ਬੰਦਾ ਪਹੁੰਚ ਜਾਂਦਾ ਨਾ, ਉਹਦੇ ਪਿੱਛੇ ਪਛੋਕੜ ਮਾਂ ਪਿਓ ਦਾ ਵੱਖਰੀ ਗੱਲ ਹੈ ਕਿ ਬੰਦਾ ਉਸ ਅਹੁਦੇ ਤੇ ਪਹੁੰਚ ਕੇ ਇਸ ਗੱਲ ਨੂੰ ਨਾ ਪਹਿਚਾਣੇ। ਕਹਿੰਦੇ ਅਕਬਰ ਬਾਦਸ਼ਾਹ ਜਦੋਂ ਲਾਗੇ ਵਿੱਚ ਵਿਚਰਦਾ ਹੈ ਤੇ ਕਹਿੰਦੇ ਦੁਨੀਆਂ ਦੇ ਲੋਕ ਉਹਨੂੰ ਸਲਾਮਾਂ ਕਰਦੇ ਨੇ, ਸਲਾਮਾਂ। ਕਹਿੰਦੇ ਇੱਕ ਦਿਨ ਅਕਬਰ ਬਾਦਸ਼ਾਹ ਦੇ ਮਾਂ ਨੂੰ ਕੋਈ ਮਿਲਿਆ ਤੇ ਕਹਿਣ ਲੱਗਾ, ਕਹਿੰਦੇ ਆ ਮਾਂ ਤੇਰਾ ਪੁੱਤ ਤੇ ਬਾਦਸ਼ਾਹ ਬਣ ਗਿਆ, ਤੇਰਾ ਪੁੱਤ ਤੇ ਬਾਦਸ਼ਾਹ ਬਣ ਗਿਆ, ਦੁਨੀਆਂ ਦੇ ਲੋਕ ਸਲਾਮਾਂ ਕਰਦੇ ਨੇ, ਕਦੇ ਤੈਨੂੰ ਮਿਲਣ ਨਹੀਂ ਆਇਆ। ਖਿਆਲ ਕਰਿਓ ਅੱਜ ਦੇ ਸਮੇਂ ਦੀ ਗੱਲ ਹੈ, ਜਿਨ੍ਹਾਂ ਨੂੰ ਇਹ ਰੰਗ ਲੱਗ ਜਾਵੇ ਨਾ ਗੁਰਬਾਣੀ ਦਾ, ਉਹਨਾਂ ਦੇ ਮਨ ਵਿੱਚ ਸਤਿਗੁਰੂ ਅਦਬ ਪੈਦਾ ਕਰ ਦਿੰਦਾ, ਸਤਿਕਾਰ ਪੈਦਾ ਕਰ ਦਿੰਦਾ, ਤੇ ਜਿਹਨਾਂ ਨੂੰ ਗਿਆਨ ਨਹੀਂ ਨਾ ਪੈਦਾ ਹੁੰਦਾ ਉਹ ਫਿਰ ਕੀ ਕਰਦੇ ਨੇ, ਮਾਂ ਨੇ ਬੱਚੇ ਨੂੰ ਪਾਲਤਾ, ਉਸ ਦਾ ਵੱਡਾ ਕਰਤਾ, ਵਿਆਹ ਕਰਤਾ, ਜਦੋਂ ਹੁਣ ਮਾਂ ਦੀ ਵਾਰੀ ਆਈ ਉਦੋਂ ਜਤੀਮ ਖਾਨੇ ਛੱਡ ਦਿੱਤਾ। ਪਰ ਮਤ ਜਾਣਿਓ ਜਿਹੜੇ ਜਤੀਮ ਖਾਨੇ ਛੱਡ ਕੇ ਹੁੰਦੇ ਨੇ ਭੁੱਲ ਜਾਂਦੇ ਨੇ, ਜਿਹਨਾਂ ਨੂੰ ਛੱਡ ਕੇ ਆਇਆ ਉਹ ਮੇਰੇ ਮਾਪੇ ਨੇ, ਇੱਕ ਦਿਨ ਮੈਂ ਵੀ ਮਾਪਿਆਂ ਦੇ ਰੂਪ ਵਿੱਚ ਆਉਣਾ। ਆਪੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਡੇ ਘਰ ਦੇ ਵਿੱਚ ਥੋੜਾ ਮੋਟਾ ਲੜਾਈ ਝਗੜਾ ਹੋ ਜਾਵੇ, ਧੀ ਪੁੱਤ ਅੱਜ ਹੋ ਜਾਣਾ ਤੇ ਦੁਨੀਆ ਦੇ ਲੋਕ ਕਈ ਵਾਰੀ ਉਹਦਾ ਫਾਇਦਾ ਉਠਾਉਂਦੇ ਨੇ। ਸਿਆਣੇ ਨੇ ਕਿਹਾ ਘਰ ਦੀ ਫੁੱਟ ਤੇ ਜੱਗ ਦੀ ਲੁੱਟ, ਕੋਈ ਇਧਰਲੀ ਗੱਲ ਕਰਦਾ ਕੋਈ ਇਧਰਲੀ ਗੱਲ ਕਰਦਾ ਹੈ। ਹੁਣ ਉਹ ਬੰਦਾ ਕਹਿਣ ਲੱਗਾ, ਕਹਿੰਦਾ ਮਾਂ ਤੇਰਾ ਪੁੱਤ ਬਾਦਸ਼ਾਹ ਬਣ ਗਿਆ ਹੈ, ਕਦੇ ਤੈਨੂੰ ਮਿਲਣ ਨਹੀਂ ਆਇਆ। ਧਿਆਨ ਦੇਣਾ, ਇੱਕ ਮਾਂ ਹੀ ਹੈ।